ਬਾਈ ਜੀ ਨਾਮ ਤੁਸੀਂ ਆਪਣੇ ਮੁਖਾਰਵਿੰਦ ਤੋਂ ਦੱਸੋ। ਬਾਈ ਜੀ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਜੀ। ਆਕਾਸ਼ਦੀਪ ਸਿੰਘ, ਹਾਂਜੀ ਠੀਕ ਹੈ ਜੀ, ਮੈਂ ਇੱਕ, ਆਕਾਸ਼ ਦੇ ਦੀਪ। ਹਾਂਜੀ ਮੈਂ ਇੱਕ ਬੜੇ ਨੋਰਮਲ ਘਰਾਣੇ ਤੋਂ, ਜ਼ਿਮੀਂਦਾਰ ਪਰਿਵਾਰ ਤੋਂ ਬਿਲੋਂਗ ਕਰਦਾ ਜੀ। ਕਿੰਨੀ ਜ਼ਮੀਨ ਹੈ? ਜ਼ਮੀਨ 4 ਕਿੱਲੇ ਜੀ। 4 ਕਿੱਲੇ? ਬਿਲਕੁਲ ਜੀ। ਤੇ 4 ਕਿੱਲੇ ਜ਼ਮੀਨ ਹੈ ਤੁਹਾਡੇ ਕੋਲ, ਕੋਰੀਅਰ ਕੰਪਨੀ 'ਚ ਜੋਬ ਕਰਦੇ ਹੋ, ਹਾਂਜੀ ਸੈਲਰੀ ਪੁੱਛ ਸਕਦਾ? ਬਿਲਕੁਲ ਪੁੱਛ ਸਕਦਾ। ਕਿੰਨੀ? ਇਸ ਟਾਈਮ 17,000 ਸੈਲਰੀ ਦੇਖਾ ਮੈਂ ਐਜ਼ ਆ ਸਤਾਰਾਂ ਮੈਨੇਜਰ ਦੇਖ ਰਿਹਾ ਜੀ। ਐਜ਼ ਏ ਮੈਨੇਜਰ, ਬਿਲਕੁਲ ਜੀ। ਐਜ਼ ਏ ਮੈਨੇਜਰ 17,000, ਪਰ ਉਸ 17,000 ਨੂੰ ਹਾਸਲ ਕਰਨ ਵਾਸਤੇ ਕਿੰਨੇ ਘੰਟੇ ਕੰਮ ਕਰਦੇ ਹੋ? ਬਾਈ ਜੀ ਰਿਐਲਿਟੀ ਪੁੱਛੋ ਤਾਂ 12 ਤੋਂ 16 ਘੰਟੇ ਕੰਮ ਕਰ ਰਹੇ ਜੀ ਇਸ ਕਿਉਂਕਿ ਟਾਈਮ। ਕਿਉਂਕਿ ਪ੍ਰੋਬਲਮ ਪਤਾ ਕੀ ਹੈ, ਸਾਡੇ ਲੋਕ ਸੈਲਰੀ ਦੇਖਦੇ ਆ। ਬਿਲਕੁਲ ਜੀ ਬਿਲਕੁਲ। ਸੈਲ ਇਹ ਕਿਹਦੇ ਨਾਲ ਕਿੰਨੀਆਂ ਜ਼ੀਰੋਆਂ ਕਿੰਨੀਆਂ ਸਿਫਰਾਂ, ਹੈ ਨਾ, ਹਾਂਜੀ ਕੋਈ ਪਰ ਉਹ ਸਫ਼ਰ, ਸੰਘਰਸ਼ ਨਹੀਂ ਦੇਖਦੇ। ਹਾਂਜੀ ਸੰਘਰਸ਼ ਤੇ ਸਫ਼ਰ ਕੋਈ ਨਹੀਂ ਦੇਖਦਾ ਵੀ ਕਿੱਥੋਂ ਸਟਾਰਟ ਕੀਤਾ ਸੀ ਤੇ ਅੱਜ ਕਿੱਥੇ ਆਏ। ਕਿ ਕਿੰਨੀ ਸੈਲਰੀ ਤੋਂ? ਹਾਂ ਬਿਲਕੁਲ ਜੀ ਬਿਲਕੁਲ। ਠੀਕ ਹੈ ਇੱਕ ਬੰਦਾ ਕੋਈ ਵੀ ਇਨਸਾਨ ਹੈ ਕਹਿ ਦਿੰਦਾ ਵੀ ਇੰਨੇ ਬੰਦੇ ਥੱਲੇ ਕੰਮ ਕਰਦੇ, ਇੱਕ ਟੀਮ ਨੂੰ ਮੈਨੇਜ ਕਰਨਾ, ਇੱਕ ਅੱਜ ਦੇ ਟਾਈਮ 'ਚ ਮੁੰਡਿਆਂ ਨੂੰ ਮੈਨੇਜ ਕਰਨਾ, ਇੱਕ ਆਪਣੇ ਤੇ ਅੱਜ ਦੇ ਓਪਰਚੁਨਿਟੀ, ਟਾਈਮ ਮੁੰਡਿਆਂ ਨੂੰ ਸਹੀ ਠੀਕ ਹੈ ਨਾ ਜੀ, ਜਿੱਥੇ ਆਪਣੇ ਤੇ ਬਹੁਤ ਵੱਡੀ ਓਪਰਚੁਨਿਟੀ ਹੈ, ਪੈਸੇ ਦੀ ਵੀ ਹੈ, ਜ਼ਿੰਮੇਵਾਰੀ ਦੀ ਹੈ, ਆਪਦੇ ਪਰਿਵਾਰ ਨੂੰ ਵੀ ਨਾਲ ਲੈ ਕੇ ਚੱਲਣਾ, ਉਹਨਾਂ ਦਾ ਵੀ ਪਿੱਛੇ ਖਿਆਲ ਰੱਖਣਾ, ਫਿਰ ਸਮਾਜ ਲਈ ਵੀ ਕੁਝ ਟਾਈਮ ਕੱਢਣਾ। ਕਿਉਂਕਿ ਮੈਂ ਮੰਨਦਾ ਆ ਕਿ ਹਰ ਇੱਕ ਬੰਦੇ ਦੇ ਅੰਦਰ ਅੱਜ ਦੇ ਟਾਈਮ 'ਚ ਜੇ ਅਸੀਂ ਬਦਲਾਅ ਲਿਆਉਣਾ ਤਾਂ ਉਹਦੇ ਆਪਦੇ ਆਪ ਨੂੰ ਸਵਾਲ ਹੋਣੇ ਜ਼ਰੂਰੀ ਹੈ ਜੀ, ਤਾਂ ਜੋ ਅਸੀਂ ਆਪਣੇ ਸਮਾਜ ਨੂੰ। ਬੇਸਿਕ ਸੈਲਰੀ ਕਿੰਨੀ ਸੀ ਸ਼ੁਰੂਆਤ ਦੇ ਵਿੱਚ? ਸ਼ੁਰੂਆਤ ਦੇ ਵਿੱਚ ਜੀ ਮੈਂ ਆਇਆ ਇਸ ਫੀਲਡ ਦੇ ਵਿੱਚ 17 ਦੇ ਵਿੱਚ ਆਇਆ ਜੀ। 7 ਸਾਲ ਪਹਿਲਾਂ? ਬਿਲਕੁਲ ਜੀ ਠੀਕ ਹੈ ਜੀ। 7,500 ਤੋਂ ਸਟਾਰਟ ਕਰਿਆ ਸੀ ਜੀ। ਯਾਨੀ 7,500 ਤੋਂ? ਹਾਂਜੀ। ਇਸ ਵੇਲੇ ਤੁਸੀਂ ਕਿੰਨੇ ਕਿਲੋਮੀਟਰ ਅਪ ਡਾਊਨ ਕਰਦੇ ਹੋ ਇਸ ਸੈਲਰੀ? ਮੈਂ ਅਪ ਡਾਊਨ 90 ਕਿਲੋਮੀਟਰ ਕਰਦਾ, ਇੱਥੋਂ 45 ਕਿਲੋਮੀਟਰ ਸਾਈਡ ਮੇਰਾ ਪਿੰਡ ਹੈ ਜੀ। ਕਿ 12 ਘੰਟੇ ਕੰਮ ਹਾਂਜੀ ਤੇ 90 ਘੰਟੇ ਦਾ ਅਪ ਡਾਊਨ? ਬਿਲਕੁਲ ਜੀ। ਇਹ ਹੁੰਦੀ ਹੈ ਜੀ ਸੈਲਰੀ। ਸੈਲਰੀ ਉਹ ਫਿਗਰ ਦੇ ਵਿੱਚ ਦੇਖੋਗੇ ਤਾਂ ਫਿਕਰ ਹੋ ਜਾਂਦੇ ਯਾਰ ਇਹਦੀ ਐਡੀ ਵੱਡੀ ਸੈਲਰੀ, ਪਰ ਜਦੋਂ ਸਫ਼ਰ ਦੇਖਦੇ ਹਾਂ ਜਾਂ ਜਦੋਂ ਹਾਰਡਵਰਕ ਬੰਦੇ ਦਾ ਦੇਖਦੇ ਹਾਂ ਨਾ, ਫਿਰ ਪਤਾ ਲੱਗਦਾ ਕਿ ਯਾਰ ਇਹ ਪੈਸੇ ਜਿਹੜੇ ਆ ਨਾ ਊਂ ਨਹੀਂ ਕੰਪਨੀਆਂ ਰੱਖ ਦਿੰਦੀਆਂ ਮੇਜ਼ 'ਤੇ ਕਿ ਲੈ ਪੁੱਤ ਆ ਜਾ ਅਤੇ 30 ਤਰੀਕ ਨੂੰ 31 ਤਰੀਕ ਨੂੰ ਚੱਕ ਕੇ ਅਤੇ ਵਗ ਜਾ, ਐਂ ਆ ਨਾ ਜੀ? ਬਿਲਕੁਲ ਜੀ ਬਿਲਕੁਲ, 100% ਗੱਲ ਹੈ ਜੀ। ਸੂਈ ਦੇ ਨੱਕੇ 'ਚੋਂ ਲੰਘਣ ਵਾਲੀ ਗੱਲ ਜੀ, ਜੇ ਆਪਾਂ 17,000 ਲੈ ਰਹੇ ਹਾਂ ਤਾਂ ਕੰਮ 35,000-40,000 ਦਾ ਕਰਕੇ ਦੇਣਾ ਪਊਗਾ। ਸਹੀ ਹੈ, ਇਹ ਰਿਐਲਿਟੀ ਹੈ ਜੀ ਅੱਜ ਦੀ। ਚਲੋ ਆਕਾਸ਼ ਬਾਈ, ਆਕਾਸ਼ ਠੀਕ ਚੱਲੂਗਾ? ਜੀ 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 ਬਿਲਕੁਲ। ਚਲੋ 4 ਕਿੱਲੇ ਸੀ, ਹਾਂਜੀ, ਇੱਕ ਭੜਕਾ ਕੇ ਬਾਹਰ ਨਹੀਂ ਸੀ ਜਾਇਆ ਹੁੰਦਾ ਬਈ? ਰੌਲਾ ਹੀ ਅੱਜ ਦਾ ਮੁੱਦਾ ਹੀ ਇਹੀ ਹੈ ਜੀ, ਬਾਹਰ 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 ਬਾਹਰ। ਠੀਕ ਹੈ, ਆਪਣੇ ਕਹਿੰਦੇ ਨੇ ਇੱਕ ਭੜਕਾ ਦੇਾਂਗੇ। ਮੈਂ ਮੁਨਕਰ ਨਹੀਂ ਹੁੰਦਾ ਜੀ ਇਸ ਚੀਜ਼ ਤੋਂ, ਮੇਰਾ ਵੀ ਸੁਪਨਾ ਸੀ ਕਿਸੇ ਟਾਈਮ ਬਾਹਰ ਜਾਣ ਦਾ। ਅੱਛਾ ਜੀ। ਪਰ ਜ਼ਿੰਦਗੀ ਦੇ ਕੁਝ ਕਾਰਨਾਂ ਕਰਕੇ ਨਹੀਂ ਜਾ ਪਾਇਆ, ਜਾਂ ਕਹਿ ਲਓ ਵੀ ਠੀਕ ਹੈ ਜਾਣਾ ਹੁਣ ਵੀ ਹੈ ਪਰ ਦਿਹਾੜੀ ਕਰਨ ਨਹੀਂ ਜਾਣਾ, ਕੁਝ ਹੋਰ ਮਕਸਦ ਹੈ ਜਾਣ ਦਾ, ਨਾ ਉੱਥੇ ਪਰਮਾਨੈਂਟ ਰਹਿਣਾ। ਠੀਕ ਹੈ, ਫਿਰ ਸੋਚਿਆ ਵੀ ਯਾਰ ਆਪਾਂ ਚਲੇ ਜਾਵਾਂਗੇ ਪਿੱਛੇ ਪਰਿਵਾਰ। ਮੈਂ ਤੁਹਾਨੂੰ ਇੱਕ ਗੱਲ ਇੱਥੇ ਬੜੀ ਕਲੀਅਰ ਕਰਨੀ ਚਾਹੁੰਦਾ, ਮੈਨੂੰ ਮੇਰੇ ਤਾਇਆ ਜੀ ਨੇ ਗੋਦ ਲਿਆ ਹੋਇਆ ਜੀ। ਕੀ ਬਾਤ! ਉਹਨਾਂ ਨੇ ਗੋਦ ਮੈਨੂੰ ਤਾਂ ਲਿਆ ਵੀ ਇਹ ਸਾਨੂੰ ਸੁੱਖ ਦੇਵੇ। ਦੁੱਗਣੀਆਂ ਉਮੀਦਾਂ ਹੋ ਜਾਂਦੀਆਂ। ਬਿਲਕੁਲ ਜੀ, ਤੇ ਉਹ ਜ਼ਿੰਮੇਵਾਰੀਆਂ ਨਾ ਫਿਰ ਉਹਨਾਂ ਨੇ ਅਹਿਸਾਸ ਕਰਾਇਆ ਵੀ ਨਹੀਂ ਨਹੀਂ ਜਾਣਾ। ਬਿਲਕੁਲ ਜੀ, ਅੱਛਾ ਇਹ ਅਹਿਸਾਸ ਸੀ? ਅੱਛਾ, ਮਤਲਬ ਕਿ ਉਸ ਟਾਈਮ? ਹਾਂਜੀ, ਜਿਸ ਟਾਈਮ ਸੁਪਨਾ ਦੇਖਿਆ। ਬਿਲਕੁਲ ਜੀ, ਤਾਂ ਨਾਲ ਅਹਿਸਾਸ ਹੋਇਆ ਕਿ ਨਹੀਂ ਯਾਰ ਭੱਜਣਾ ਨਹੀਂ ਹੈ, ਭੱਜਣਾ ਨਹੀਂ, ਜਾਣਾ ਹੈਗਾ ਪਰ ਘੁੰਮਣ ਫਿਰਨ ਜਾਣਾ, ਉੱਥੇ ਦੁਨੀਆਦਾਰੀ ਦੇਖਣ ਜਾਣਾ, ਦਿਹਾੜੀਆਂ ਕਰਨ ਨਹੀਂ ਮੈਂ ਜਾਣਾ।
ਮਤਲਬ ਕਿ ਜਿਹੜੀ ਰੋਜ਼ੀ ਰੋਟੀ ਆ ਉਹ ਇੱਥੇ ਜਿੰਨੀ ਵੀ ਬਣਦੀ। ਬਿਲਕੁਲ ਜੀ ਬਿਲਕੁਲ, ਇਹ ਨਹੀਂ ਵੀ ਅੱਜ ਮੈਂ 17,000 ਦੀ ਜੋਬ ਕਰਦਾ, ਮੈਂ ਉਸੇ 'ਤੇ ਡਿਪੈਂਡ, ਉਸ ਤੋਂ ਇਲਾਵਾ ਐਕਸਟਰਾ ਵਰਕ ਕਰ ਰਿਹਾ ਮੈਂ, ਠੀਕ ਹੈ, ਆਉਣ ਵਾਲੇ ਸਮੇਂ ਦੇ ਕੁਛ ਪਲੈਨਿੰਗਸ ਹੈਗੀਆਂ, ਕਿਉਂਕਿ ਇੱਕ ਕੰਮ ਨੂੰ ਛੱਡ ਕੇ ਜੀ ਤੋਂ ਮੈਥੋਂ ਇਨਕਮ ਸ਼ੁਰੂ ਹੋਈ ਨਹੀਂ ਅੱਜ, ਉਹਨੂੰ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ। ਮੈਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੁੰਦਾ, ਮੈਂ ਠੀਕ ਹੈ, ਮੇਰੇ ਕਾਰਨ ਕੁਛ ਮੇਰੇ ਪਰਿਵਾਰ ਨੂੰ ਵੀ ਘਾਟੇ ਹੋਏ, ਠੋਕਰਾਂ ਲੱਗੀਆਂ ਤਾਂ ਹੀ ਸਿਆਣੇ ਹੋਏ। ਅੱਛਾ, ਠੋਕਰਾਂ ਵੀ ਲਵਾਈਆਂ ਤੁਸੀਂ? ਬਿਲਕੁਲ ਜੀ ਖਾਧੀਆਂ? ਬਿਲਕੁਲ ਜੀ, ਦੱਸੋਗੇ ਕੁਛ ਕੀ ਠੋਕਰ ਪੈ? ਪਲੱਸ ਟੂ ਦੇ ਵਿੱਚ ਹੀ ਖਾ ਰਹੀਆਂ ਸੀ ਠੋਕਰਾਂ ਤਾਂ। ਅੱਛਾ, ਛੋਟੀ ਉਮਰ ਤਾਂ ਫਿਰ ਉਹ ਤਾਂ ਹੀ ਕੰਮ ਦੀ ਲਾਈਨ ਦੇ ਵਿੱਚ ਆਉਣ ਦਾ ਮਕਸਦ ਹੀ ਉੱਥੋਂ ਸ਼ੁਰੂ ਹੋਇਆ ਜੀ। ਜੇ ਦੱਸਣਾ ਚਾਹੋ, ਕਿਉਂਕਿ ਮੈਂ ਨਿੱਜੀ ਜ਼ਿੰਦਗੀ ਚ ਇੱਕ ਹੱਦ ਤੱਕ ਜਾਣਾ ਚਾਹੁੰਦਾ, ਜ਼ਿਆਦਾ ਨਹੀਂ। ਨਹੀਂ, ਉਹ ਕੋਈ ਐਸੀ ਗੱਲ ਨਹੀਂ ਹੈ ਕਿ ਕੋਈ ਸੰਗਤ ਚ ਪੈ ਗਿਆ ਜਾਂ। ਹਾਂਜੀ, ਕੁਛ ਤੁਸੀਂ ਕੁਛ ਇੱਦਾਂ ਕਹਿ ਲਓ, ਕਿਉਂਕਿ ਜਿਹੜੀ ਏਜ ਹੁੰਦੀ ਹੈ ਨਾ ਆਪਣੀ ਪਲੱਸ 1 ਪਲੱਸ 2 ਦੇ ਵਿੱਚ, ਉਹ ਇੱਦਾਂ ਦੀ ਹੁੰਦੀ ਹੈ ਯਾਰ ਮੈਂ ਗਰੁੱਪ ਖੜਾ ਕਰਨਾ ਹੈ। ਅੱਛਾ, ਗਰੁੱਪਿਜ਼ਮ? ਹਾਂ, ਗਰੁੱਪਿਜ਼ਮ ਇਹ ਤੇ ਪੰਜਾਬੀਆਂ ਦੇ ਖੂਨ ਚ ਆ ਨਾ, ਧੜਾ ਵੀ ਥੋੜਾ ਪੋਲਿਟਿਕਸ ਵਾਲੀ ਸਾਈਡ, ਠੀਕ ਹੈ, ਆਪਾਂ ਬੜੀ ਸਿੱਧੀ ਤੇ ਸਪਸ਼ਟ ਜ਼ਿੰਦਗੀ ਜੋ ਚੱਲਦਾ ਹੈ ਜੋ ਹੋਇਆ ਉਹ ਦੱਸਾਂਗੇ, ਕਿਉਂਕਿ ਜੇ ਆਪਾਂ ਆਪਦੀ ਕਹਾਣੀ ਤੇ ਪਰਦਾ ਪਾਵਾਂਗੇ ਤਾਂ ਹੋਰ ਕੋਈ ਆਪਦੀ ਕਹਾਣੀ ਨਹੀਂ ਸੁਧਾਰੂਗਾ ਕਦੇ ਵੀ। ਠੀਕ ਹੈ ਜੀ, ਸਟਾਰਟ ਹੋ ਗਿਆ ਪਲੱਸ ਟੂ ਦੇ ਵਿੱਚ, ਪੜ੍ਹਾਈ ਦੇ ਵੱਲ ਧਿਆਨ ਨਹੀਂ ਦਿੱਤਾ, ਪੜ੍ਹਾਈ ਦੇ ਵਿੱਚ ਠੀਕ ਸੀ, 10th ਦੇ ਵਿੱਚੋਂ 70-75% ਨੰਬਰ ਦੇ ਨਾਲ 10th ਪਾਸ ਕੀਤੀ ਮਿਹਨਤ ਨਾਲ, ਪਲੱਸ ਟੂ ਦੇ ਵਿੱਚ ਸੰਗਤ ਇੱਦਾਂ ਦੀ ਹੋ ਗਈ, ਠੀਕ ਹੈ, ਵੀ ਨਸ਼ਿਆਂ ਤੋਂ ਅੱਜ ਤੱਕ ਬਚ ਰਹੇ, ਨਾ ਕੀਤਾ ਨਾ ਹੀ ਕਦੇ ਕੋਈ ਬੰਦਾ ਆਪਾਂ ਨੂੰ, ਗਰੁੱਪਿਜ਼ਮ ਗਰੁੱਪਿਜ਼ਮ ਪੋਲੀਟਿਕਸ ਕਹਿ ਲਓ ਤੁਸੀਂ, ਪੋਲੀਟਿਕਸ ਦੇ ਵਿੱਚ, ਕਿਉਂਕਿ ਉਹ ਏਜ ਹੀ ਇੱਦਾਂ ਦੀ ਸੀ। ਫਿਰ ਜਦੋਂ ਰਿਜ਼ਲਟ ਆਉਂਦਾ, ਫਿਰ ਨਹੀਂ ਪੋਲੀਟਿਕਸ ਕਿਸੇ ਪਾਰਟੀ ਵੀ ਨਹੀਂ ਕਰ ਰਹੇ ਸੀ, ਪਾਰਟੀ ਬੰਨੀ ਉਹ ਨਹੀਂ, ਬਸ ਇਹੀ ਹੈ ਵੀ ਆਪਾਂ 10 ਮੁੰਡੇ ਇਕੱਠੇ ਕਰਨੇ, ਅੱਜ ਅਕਾਲੀਆਂ ਨਾਲ ਜਾਣਾ, ਅੱਜ ਕਾਂਗਰਸੀਆਂ ਨਾਲ ਜਾਣਾ, ਦਾ ਉਦੋਂ ਪੂਰਾ ਇੱਧਰ ਹੋਏਗਾ ਨਾ ਜੀ। ਬਿਲਕੁਲ, ਉਹ ਚੀਜ਼ਾਂ ਸਟਾਰਟ ਹੋ ਗਈਆਂ ਸੀਗੀਆਂ। ਅੱਛਾ ਵੀ ਇੱਧਰ ਜਾਣਾ ਇੱਧਰ ਜਾਣਾ, ਰੈਲੀਆਂ ਰੂਲੀਆਂ ਤੇ ਜਾਂਦੇ ਸੀ? ਬਿਲਕੁਲ ਜੀ ਬਿਲਕੁਲ, ਕੋਈ ਦਿੰਦੇ ਸੀ ਕੁਛ ਮਤਲਬ ਕਿ? ਨਹੀਂ, ਇੱਦਾਂ ਦਾ ਤਾਂ ਹੈ ਹੀ ਨਹੀਂ ਸੀ, ਉਦੋਂ ਮਾਈਂਡਸੈਟ ਇਹੋ ਜਿਹਾ ਸੀ ਯਾਰ ਗਰੁੱਪ ਖੜਾ ਕਰਨਾ ਜਾਂ ਕੁਛ ਉਹਦੇ, ਮਤਲਬ ਕਿ ਗਰੁੱਪ ਦੀ ਪੁੱਛ ਗਿਆ ਚੋਵੇ। ਬਿਲਕੁਲ ਜੀ ਬਿਲਕੁਲ, ਸਿਆਸੀ ਸਫ਼ਰ। ਹਾਂ, ਕਿਉਂਕਿ ਗਾਈਡ ਕਰਨ ਵਾਲਾ ਹੈ ਨਹੀਂ ਸੀ ਬਾਈ ਜੀ ਕੋਈ। ਓਕੇ, ਫਿਰ ਪਲੱਸ ਟੂ ਦੇ ਵਿੱਚੋਂ ਫੇਲ ਸਾਰੇ ਪਿੰਡ ਦੇ ਮੁੰਡੇ ਸਨ ਕਿ ਆਲੇ ਦੁਆਲੇ? ਨਹੀਂ, ਆਲੇ ਦੁਆਲੇ ਦੇ ਵੀ ਸੀ। ਓਕੇ, ਨੇੜੇ ਨੇੜੇ ਦੇ। ਪਲੱਸ ਟੂ ਦੇ ਐਗਜ਼ਾਮ ਦਿੱਤੇ, ਜਦੋਂ ਰਿਜ਼ਲਟ ਆਉਂਦਾ ਜੀ ਜੀ, ਫੇਲ ਹੋ ਗਏ। ਫੇਲ ਹੋ ਗਏ? ਕਦੇ ਲੋਕਲ ਟੈਸਟ ਦੇ ਵਿੱਚ ਫੇਲ ਨਹੀਂ ਹੋਏ ਸੀ ਪੜ੍ਹਾਈ ਦੇ ਵਿੱਚ। ਇੰਟੈਲੀਜੈਂਟ ਸੋ ਜੀ। ਮੈਂ ਨਾ ਇੱਕ ਇੰਸੀਡੈਂਟ ਦੱਸਦਾ ਤੁਹਾਨੂੰ ਛੋਟਾ ਜਿਹਾ। ਮੈਂ ਸਕੂਲ ਚੇਂਜ ਕੀਤਾ 9th ਕਲਾਸ ਦੇ ਵਿੱਚ। ਅੱਛਾ ਜੀ। ਤਾਂ ਮੇਰੇ ਟੀਚਰ ਸੀਗੇ ਕੰਪਿਊਟਰ ਦੇ, ਸੰਦੀਪ ਰਜੌੜੀਆ ਜੀ, ਸ਼੍ਰੀ ਮੁਕਤਸਰ ਸਾਹਿਬ ਤੋਂ। ਉਹਨਾਂ ਨੇ ਮੈਨੂੰ ਇੱਕ ਕੁਐਸਚਨ ਕੀਤਾ, ਕਿਉਂਕਿ ਨਵਾਂ ਬੱਚਾ ਕਲਾਸ 'ਚ ਉਹਨਾਂ ਨੂੰ ਪੁੱਛਿਆ ਜਾਂਦਾ। ਮੈਂ 9th ਦੇ ਵਿੱਚ ਐਡਮਿਸ਼ਨ ਲਈ। ਰਜੌੜੀਆ ਸਾਹਿਬ ਇੱਕ ਸਿੱਖਿਆ ਅਫਸਰ, ਉਹਨਾਂ ਦੇ ਬ੍ਰਦਰ ਹੀ ਹੈ, ਦਵਿੰਦਰ ਰਜੌੜੀਆ ਦੀ ਗੱਲ ਕਰ ਰਹੇ ਹੋ ਤੁਸੀਂ? ਉਹਨਾਂ ਦੇ ਬ੍ਰਦਰ, ਉਹਨਾਂ ਦਾ ਬੇਟਾ ਵੀ ਲਾਸਟ ਟਾਈਮ ਕੈਨੇਡਾ ਦੇ ਵਿੱਚ ਡੈਥ ਹੋ ਗਈ ਸੀ। ਹਾਂਜੀ ਹਾਂਜੀ, ਠੀਕ ਹੈ ਜੀ। ਤੇ ਉਹਨਾਂ ਨੇ ਮੈਨੂੰ ਇੱਕ ਸਵਾਲ ਪੁੱਛਿਆ, ਕਹਿੰਦੇ ਵੀ ਰੈਮ ਤੇ ਰੋਮ 'ਚ ਕੀ ਫਰਕ ਹੈ? ਪੂਰਾ ਐਕਸਪਲੇਨ ਕੀਤਾ, ਕਿਉਂਕਿ ਰੱਟਿਆ ਹੋਇਆ ਸੀ ਜਿੱਥੋਂ ਮੈਂ ਪਹਿਲਾਂ ਸਕੂਲ 'ਚੋਂ ਪੜ੍ਹ ਕੇ ਆਇਆ ਸੀ। ਉੱਥੇ ਪ੍ਰਗਟ ਸਿੰਘ ਬਰਾੜ ਸਾਡੇ ਹੈੱਡ ਮਾਸਟਰ ਸੀਗੇ, ਉਹ ਵੀ ਜੀਵੀਦਾਰ ਘਰਾਣੇ ਦੇ, ਠੀਕ ਸੀ। ਉਹਨਾਂ ਨੇ ਬੜਾ ਕੁੱਟ ਵੀ ਖਾਧੀ ਹੈ, ਪਰ ਉਹਨਾਂ ਨੇ ਕੁਛ ਚੀਜ਼ਾਂ ਸਿੱਖ ਲਈਆਂ ਸੀ, ਠੀਕ ਹੈ। ਉਹ ਫਿਰ ਜਦੋਂ ਪੁੱਛਿਆ, ਸਵਾਲ ਦਾ ਜਵਾਬ ਦਿੱਤਾ, ਉਹ ਮੈਨੂੰ ਕਹਿੰਦੇ ਵੀ ਕਿਹੜੀ ਪੁਜੀਸ਼ਨ ਆਈ ਸੀ 8th ਦੇ ਵਿੱਚ? ਮੈਂ ਕੋਈ ਨਹੀਂ, ਕਹਿੰਦੇ ਯਾਰ ਲੱਗਦਾ ਤਾਂ ਹੈ ਨਹੀਂ ਗਾ। ਫਿਰ ਉਸ ਦਿਨ ਤੋਂ ਸਾਰਾ ਸਕੂਲ ਉਹਨਾਂ ਨੂੰ ਇਹ ਕਹਿੰਦਾ ਸੀ ਵੀ ਨਹੀਂ ਇਹ ਭੈੜਾ ਕੁੱਟੂਗਾ, ਹੈ ਨਹੀਂ। ਪਰ ਵਧੀਆ ਚੱਲਿਆ, ਪਰ ਉਹ ਪਲੱਸ ਟੂ 10 ਪਲੱਸ 1 ਪਲੱਸ 2 ਦੇ ਵਿੱਚ ਇਹ ਜੀ ਆਪਣੀ ਇੱਦਾਂ ਦੀ ਹੁੰਦੀ ਹੈ, ਕੁਛ ਸਾਥੀ ਉੱਦਾਂ ਦੇ ਮਿਲ ਗਏ, ਹੈ ਨਾ। ਤਾਂ ਉਹ ਜਦੋਂ ਫਿਰ ਰਿਜ਼ਲਟ ਆਉਂਦਾ ਪਲੱਸ 2 ਦਾ, ਉਦੋਂ ਠੋਕਰ ਲੱਗਦੀ ਹੈ ਵੀ ਨਹੀਂ ਗਲਤ ਹੋ ਗਿਆ ਯਾਰ ਕੰਮ, ਕਿਉਂਕਿ ਮਾਂ ਪਿਓ ਤਾਂ ਆਪਣੇ 'ਚ ਕੁਛ ਹੋਰ ਚੀਜ਼ਾਂ ਦੇਖੀ ਜਾਂਦਾ। ਪਰ ਆਪਾਂ ਹੋਰ ਰਾਹ 'ਤੇ ਤੁਰ ਪਏ, ਸਕੂਲ ਬਦਲਿਆ, ਫਿਰ ਮਿਹਨਤ ਕੀਤੀ, 73% ਨੰਬਰਾਂ ਦੇ ਨਾਲ ਪਲੱਸ 2 ਪਾਸ ਕੀਤੀ, ਪੂਰਾ ਏ ਗ੍ਰੇਡ 'ਚ ਕਰ ਲਈ। ਬਿਲਕੁਲ ਜੀ, ਕਿਆ ਬਾਤ ਹੈ, ਠੀਕ ਹੈ ਜੀ। ਅੱਛਾ, ਤੇ ਉਸ ਤੋਂ ਬਾਅਦ ਮਾਂ ਪਿਓ ਨੇ ਕਿਹਾ ਵੀ ਪੜ੍ਹ ਲਾ,
ਪਰ ਨਹੀਂ ਉਦੋਂ ਗਰੁੱਪਿਜ਼ਮ ਜ਼ਿਆਦਾ ਸੀਗਾ, ਦੌਰੇ ਜ਼ਿਆਦਾ ਸੀ 17-18, 16 ਤੋਂ 17 ਦੇ ਵਿੱਚ, ਕਿਉਂਕਿ ਉਹਦਾ ਪੂਰਾ ਪੀਕ ਤੇ ਸੀ। ਤੁਹਾਡੇ ਮੁਕਤਸਰ ਵੀ ਬਹੁਤ ਸੀ। ਹਾਂ, ਕਿਉਂਕਿ ਆਪਣਾ ਇਲਾਕਾ ਜਿੱਥੋਂ ਪੋਲਿਟਿਕਸ ਸ਼ੁਰੂ ਹੁੰਦੀ ਹੈ। ਮੁਕਤਸਰ ਵੀ ਬਹੁਤ ਸੀ। ਹਾਂਜੀ, ਸ਼ਹਿਰ ਦੇ ਵਿੱਚ ਵੀ ਬਿਲਕੁਲ ਜੀ, ਬਿਲਕੁਲ। ਤਾਂ ਫਿਰ ਉਦੋਂ ਆਪਦੇ ਆਪ ਨਾਲ ਇੱਕ ਫੈਸਲਾ ਕੀਤਾ ਵੀ ਨਹੀਂ ਯਾਰ, ਆਪਾਂ ਕੰਮ ਦੇਖੀਏ ਯਾਰ, ਕਿਉਂਕਿ ਜੇ ਕਾਲਜ ਲਾਈਫ 'ਚ ਵੜ ਗਏ ਨਾ, ਕਿਉਂਕਿ ਪਹਿਲਾਂ ਲਿੰਕ ਥੋੜ੍ਹੇ ਬਹੁਤ ਬਣ ਚੁੱਕੇ ਆ, ਅਤੇ ਨਹੀਂ ਇਹ ਐਡੀ ਯੰਗ ਏਜ 'ਚ, ਮਾਫ਼ ਕਰਨਾ ਆਕਾਸ਼ ਭਾਈ ਮੈਂ ਤੁਹਾਨੂੰ ਰੋਕ ਰਿਹਾ,